ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਅੱਜ ਪਤਲਾ ਸ਼ਹਿਰ ਜਾ ਰਹੇ ਹਾਂ, ਉੱਥੇ ਭਗਵਾਨ ਖਾਟੂ ਸ਼ਾਮ ਜੀ ਦਾ ਮੰਦਿਰ ਬਣਿਆ ਹੋਇਆ ਆ। ਆਪਾਂ ਅੱਜ ਉਸ ਮੰਦਿਰ ਨੂੰ ਦੇਖਾਂਗੇ, ਦਰਸ਼ਨ ਕਰਾਂਗੇ ਜੀ। ਅਸੀਂ ਨਾ ਜਦੋਂ ਧੂਰੀ ਸ਼ਹਿਰ ਤੋਂ ਲੰਘੇ ਹਾਂ ਸੰਗਰੂਰ ਵੱਲ ਨੂੰ, ਤਾਂ ਅਸੀਂ ਸੋਚਿਆ ਵੀ ਰਸਤੇ ਦੇ ਵਿੱਚ ਚਾਹ ਪੀਂਦੇ ਹਾਂ, ਥੋੜੀ ਠੰਡ ਜੀ ਮਹਿਸੂਸ ਹੋ ਰਹੀ ਆ। ਅੱਜ ਤਰੀਕ ਆ 14 ਤਰੀਕ ਜੀ, ਜਿਹੜਾ ਇਹ ਬਲੌਗ ਆ ਥੋੜੇ ਦਿਨਾਂ ਬਾਅਦ ਪਊਗਾ, ਤੇ ਅਸੀਂ ਇਹਨਾਂ ਕੋਲ ਰੁਕੇ ਇਸ ਜਗ੍ਹਾ ਤੇ ਚਾਹ ਪੀਣ ਵਾਸਤੇ ਜੀ। ਜਿਹੜੀਆਂ ਛੋਟਾ ਜਿਹਾ ਇਹਨਾਂ ਨੇ ਦੇਖੋ ਸਿਸਟਮ ਜਿਹਾ ਬਣਾਇਆ ਹੋਇਆ ਆ, ਤੁਸੀਂ ਯਕੀਨ ਮੰਨਿਓ ਬਹੁਤ ਵਧੀਆ ਇਹਨਾਂ ਨੇ ਚਾਹ ਬਣਾਈ ਜੀ, ਜਾਣੀ ਮਨ ਨੂੰ ਬਹੁਤ ਖੁਸ਼ੀ ਹੋਈ ਆ। ਆਪਾਂ ਪਰਦੇਸੀ ਬੰਦਿਆਂ ਨੂੰ ਕਈ ਗੱਲਾਂ 'ਚ ਭੰਡ ਦਿੰਦੇ ਹਾਂ, ਪਰ ਦੇਖੋ ਇਹ ਜਿਹੜੇ ਬਜ਼ੁਰਗ ਨੇ ਜੀ, ਮੇਰੇ ਹਿਸਾਬ ਨਾਲ ਤਕਰੀਬਨ ਜੀ ਇਹਨਾਂ ਨੂੰ ਪੁੱਛਿਆ ਸੀ ਇਹਨਾਂ ਨੂੰ 50 ਸਾਲ ਤੋਂ ਉੱਤੇ ਹੋ ਗਏ ਇਸ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦਿਆਂ ਨੂੰ ਜੀ। ਤੁਸੀਂ ਕਦੋਂ ਜਦੋਂ ਕਦੇ ਵੀ ਖਾਟੂ ਸ਼ਾਮ ਜੀ ਦੇ ਮੰਦਿਰ ਨੂੰ ਦਰਸ਼ਨ ਕਰਨ ਜਾਵੋ ਜਾਂ ਸੰਗਰੂਰ ਵੱਲ ਨੂੰ ਜਾਵੋ, ਤਾਂ ਇਹਨਾਂ ਦੇ ਇਸ ਢਾਬੇ ਤੇ ਰੁਕ ਕੇ ਜ਼ਰੂਰ ਇੱਕ ਵਾਰ ਚਾਹ ਤੁਸੀਂ ਪੀ ਸਕਦੇ ਹੋ। ਜੇ ਰੋਟੀ ਵਗੈਰਾ ਵੀ ਤੁਸੀਂ ਖਾਣੀ ਆ ਤਾਂ ਇਹਨਾਂ ਕੋਲੋਂ ਖਾ ਸਕਦੇ ਹੋ। ਜੋ ਕਿ ਦੁਨੀਆਂ ਦਾ ਤੀਜਾ ਮੰਦਿਰ ਹੈ। ਬਹੁਤ ਸੋਹਣਾ ਇਹ ਮੰਦਿਰ ਬਣਿਆ ਹੋਇਆ ਹੈ ਜੀ, ਬਹੁਤ ਆਲੀਸ਼ਾਨ ਮੰਦਿਰ ਇਹ ਬਣਿਆ ਹੋਇਆ ਆ। ਇਸ ਮੰਦਿਰ ਦੇ ਵਿੱਚ ਜੀ ਕੁਆਂਟਲਾਂ ਦੇ ਹਿਸਾਬ ਨਾਲ ਸੋਨੇ ਤੇ ਚਾਂਦੀ ਦਾ ਇਸਤੇਮਾਲ ਕੀਤਾ ਗਿਆ ਆ। ਬਹੁਤ ਸੋਹਣੀਆਂ ਪ੍ਰਤਿਮਾਵਾਂ ਇਸ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ। ਆ ਜਾਓ ਆਪਾਂ ਸਾਰੇ ਰਲ ਮਿਲ ਕੇ ਇਸ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਬੈਲ ਆਈਕਨ ਦਬਾ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਅਗਰ ਤੁਸੀਂ ਇਸ ਮੰਦਿਰ ਵਿੱਚ ਆਏ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਆਓ ਹੁਣ ਮੰਦਿਰ ਦੇ ਦਰਸ਼ਨਾਂ ਨੂੰ ਚੱਲਦੇ ਹਾਂ ਜੀ। ਆਓ ਜੀ ਹੁਣ ਆਪਾਂ ਮੰਦਿਰ ਵਿੱਚ ਪ੍ਰਵੇਸ਼ ਕਰਦੇ ਹਾਂ। ਮੰਦਿਰ ਤੇ ਇਸ ਸਾਈਡ ਪਾਰਕਿੰਗ ਲਈ ਸਪੇਸ ਬਣੀ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਤੁਸੀਂ ਆਪਣਾ ਵਹੀਕਲ ਪਾਰਕ ਕਰ ਸਕਦੇ ਹੋ। ਮੰਦਿਰ ਦੇ ਅੰਦਰ ਵੀ ਪਾਰਕਿੰਗ ਲਈ ਸਪੇਸ ਹੈ, ਤੁਸੀਂ ਆਪਣਾ ਸਕੂਟਰ ਮੋਟਰਸਾਈਕਲ ਅੰਦਰ ਵੀ ਪਾਰਕ ਕਰ ਸਕਦੇ ਹੋ। ਇੱਥੇ ਥੋੜੀਆਂ ਜਿਹੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ, ਛੋਟਾ ਜਿਹਾ ਬਾਜ਼ਾਰ ਹੈ। ਇੱਥੋਂ ਆਪਾਂ ਮੰਦਿਰ ਦੇ ਅੰਦਰ ਲਈ ਪ੍ਰਸ਼ਾਦ ਲੈਣਾ ਹੋਵੇ ਤਾਂ ਲੈ ਸਕਦੇ ਹਾਂ। ਆਓ ਜੀ ਹੁਣ ਆਪਾਂ ਭਗਵਾਨ ਖਾਟੂ ਸ਼ਾਮ ਜੀ ਬਾਰੇ ਜਾਣਦੇ ਹਾਂ। ਭਗਵਾਨ ਖਾਟੂ ਸ਼ਾਮ ਜੀ ਦਾ ਇਤਿਹਾਸ ਮਹਾਭਾਰਤ ਨਾਲ ਜੁੜਿਆ ਹੋਇਆ ਹੈ। ਭਗਵਾਨ ਖਾਟੂ ਸ਼ਾਮ ਜੀ ਪਾਂਡਵ ਪੁੱਤਰ ਭੀਮ ਜੀ ਦੇ ਪੋਤੇ ਸਨ। ਇਹਨਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਲਯੁੱਗ ਵਿੱਚ ਆਪਣੇ ਨਾਂ ਨਾਲ ਪੂਜੇ ਜਾਣ ਦਾ ਵਰਦਾਨ ਦਿੱਤਾ ਸੀ। ਖਾਟੂ ਸ਼ਾਮ ਜੀ ਦਾ ਬਚਪਨ ਦਾ ਨਾਂ ਬਰਬਰੀਕ ਸੀ। ਖਾਟੂ ਸ਼ਾਮ ਜੀ ਨੂੰ ਸੀਸ ਦਾ ਦਾਨੀ ਵੀ ਕਿਹਾ ਜਾਂਦਾ ਹੈ। ਮਹਾਭਾਰਤ ਕਾਲ ਸਮੇਂ ਜਦੋਂ ਬਰਬਰੀਕ, ਜਿਨ੍ਹਾਂ ਨੂੰ ਖਾਟੂ ਸ਼ਾਮ ਹੀ ਕਿਹਾ ਜਾਂਦਾ ਹੈ, ਉਹਨਾਂ ਦੀ ਇੱਛਾ ਹੋਈ ਕਿ ਉਹ ਮਹਾਭਾਰਤ ਦਾ ਯੁੱਧ ਦੇਖਣ, ਤਾਂ ਪਰਮਿਸ਼ਨ ਲੈਣ ਲਈ ਉਹ ਆਪਣੀ ਮਾਤਾ ਜੀ ਕੋਲ ਗਏ। ਉਹਨਾਂ ਦੀ ਮਾਤਾ ਜੀ ਨੂੰ ਪਤਾ ਸੀ ਕਿ ਬਰਬਰੀਕ ਕੇਵਲ ਯੁੱਧ ਨੂੰ ਦੇਖੇਗਾ ਨਹੀਂ, ਇਹ ਯੁੱਧ ਲੜੇਗਾ ਜ਼ਰੂਰ। ਇਸ ਲਈ ਉਹਨਾਂ ਦੇ ਮਾਤਾ ਨੇ ਪੁੱਛਿਆ ਕਿ ਬਰਬਰੀਕ ਤੂੰ ਕਿਸ ਵੱਲੋਂ ਯੁੱਧ ਲੜੇਗਾ। ਬਰਬਰੀਕ ਜੀ ਨੇ ਕਿਹਾ ਕਿ ਜਿਹੜਾ ਹਾਰਿਆ ਹੋਵੇਗਾ ਮੈਂ ਉਹਦੇ ਵੱਲੋਂ ਯੁੱਧ ਲੜਾਂਗਾ।
ਇਹ ਕਹਿ ਕੇ ਫਿਰ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਅਤੇ ਉਹਨਾਂ ਨੇ ਉਹਨੂੰ ਆਸ਼ੀਰਵਾਦ ਦਿੱਤਾ ਅਤੇ ਬਰਬਰੀਕ ਜੀ ਮਹਾਂਭਾਰਤ ਦਾ ਜਿੱਥੇ ਯੁੱਧ ਹੋਣਾ ਸੀ ਉਸ ਵੱਲ ਚੱਲ ਪਏ। ਰਸਤੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਬਰਬਰੀਕ ਜੀ ਅੱਗੇ ਆਏ। ਉਹਨਾਂ ਨੇ ਬਰਬਰੀਕ ਨੂੰ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ, ਤਾਂ ਬਰਬਰੀਕ ਜੀ ਨੇ ਉੱਤਰ ਦਿੰਦਿਆਂ ਕਿਹਾ ਕਿ ਮੈਂ ਮਹਾਂਭਾਰਤ ਦਾ ਯੁੱਧ ਦੇਖਣ ਜਾ ਰਿਹਾ ਅਤੇ ਉਹ ਜਿਹੜਾ ਹਾਰੇਗਾ ਉਸ ਦੀ ਥਾਂ 'ਤੇ ਮੈਂ ਇਹ ਯੁੱਧ ਲੜਾਂਗਾ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਹਾਸੇ ਰੂਪ ਵਿੱਚ ਕਿਹਾ ਕਿ ਤੂੰ ਸਿਰਫ 3 ਤੀਰ ਲੈ ਕੇ ਮਹਾਂਭਾਰਤ ਦਾ ਯੁੱਧ ਲੜਨ ਜਾ ਰਹੇ ਹਾਂ, ਤਾਂ ਬਰਬਰੀਕ ਜੀ ਨੇ ਕਿਹਾ ਇਹ 3 ਤੀਰ ਮੈਨੂੰ ਮੇਰੇ ਅਰਾਧਿਆ ਭਗਵਾਨ ਸ਼ਿਵ ਨੇ ਦਿੱਤੇ ਹਨ, ਇਹ ਸਿਰਫ 3 ਤੀਰ ਨਹੀਂ, ਇਹਨਾਂ ਨਾਲ ਮੈਂ 3 ਲੋਕ ਜਿੱਤ ਸਕਦਾ ਹਾਂ, ਇਸ ਲਈ ਮੇਰਾ ਮਹਾਂਭਾਰਤ ਦਾ ਕੋਈ ਯੁੱਧ ਜਿੱਤਣਾ ਕੋਈ ਔਖੀ ਗੱਲ ਨਹੀਂ ਹੈ। ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਤੂੰ ਮੇਰੇ ਸਾਹਮਣੇ ਜਿਹੜਾ ਪਿੱਪਲ ਦਾ ਦਰਖਤ ਹੈ ਇਹ ਸਾਰੇ ਪੱਤੇ ਝਾੜ ਕੇ ਦਿਖਾ। ਭਗਵਾਨ ਖਾਟੂ ਸ਼ਾਮ ਜੀ ਨੇ ਤੀਰ ਚਲਾਇਆ ਅਤੇ ਪਿੱਪਲ ਦੇ ਸਾਰੇ ਪੱਤੇ ਝਾੜ ਦਿੱਤੇ ਜੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਜਾਣੀ ਜਾਣ ਸਨ ਜੀ, ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਜੀ ਭਗਵਾਨ ਖਾਟੂ ਸ਼ਾਮ ਜੀ ਤੋਂ ਸੀਸ ਦੀ ਮੰਗ ਕੀਤੀ ਵੀ ਮੈਨੂੰ ਤੁਹਾਡਾ ਸੀਸ ਚਾਹੀਦਾ ਆ। ਤਾਂ ਖਾਟੂ ਸ਼ਾਮ ਜੀ ਨੇ ਬੇਨਤੀ ਕੀਤੀ ਵੀ ਤੁਸੀਂ ਆਪਣੇ ਅਸਲੀ ਰੂਪ ਦੇ ਵਿੱਚ ਆਵੋ ਤਾਂ ਮੈਂ ਤੁਹਾਨੂੰ ਆਪਣਾ ਸੀਸ ਦੇ ਦੇਵਾਂਗਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪਣੇ ਅਸਲੀ ਰੂਪ ਦੇ ਵਿੱਚ ਆਏ। ਖਾਟੂ ਸ਼ਾਮ ਜੀ ਨੇ ਫਿਰ ਇੱਕ ਦਿਨ ਬਾਅਦ ਜੀ ਦੂਸਰੇ ਦਿਨ ਸਾਰੀ ਰਾਤ ਕੀਰਤਨ ਕੀਤਾ, ਭਜਨ ਬੰਦਗੀ ਕੀਤੀ, ਉਸ ਪਰਮਾਤਮਾ ਦਾ ਨਾਮ ਲਿਆ ਜੀ, ਅਤੇ ਦੂਸਰੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਆਪਣਾ ਸੀਸ ਭੇਟ ਕਰ ਦਿੱਤਾ। ਉਸ ਤੋਂ ਪਹਿਲਾਂ ਖਾਟੂ ਸ਼ਾਮ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿ ਦਿੱਤਾ ਸੀ ਵੀ ਮੈਂ ਇਹ ਯੁੱਧ ਦੇਖਣਾ ਚਾਹੁੰਦਾ ਹਾਂ, ਤਾਂ ਸ਼੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਦੇ ਜਿੱਥੇ ਯੁੱਧ ਹੋ ਰਿਹਾ ਸੀ ਨਾ ਜੀ, ਉਸ ਜਗ੍ਹਾ ਉੱਚੀ ਜਗ੍ਹਾ ਦੇ ਉੱਤੇ ਖਾਟੂ ਸ਼ਾਮ ਜੀ ਦਾ ਸੀਸ ਨੂੰ ਰੱਖਿਆ ਅਤੇ ਖਾਟੂ ਸ਼ਾਮ ਜੀ ਨੇ ਜੀ ਉਹ ਸਾਰਾ ਮਹਾਂਭਾਰਤ ਦਾ ਯੁੱਧ ਦੇਖਿਆ ਸੀ। ਇਹ ਮੰਦਰ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਜੀ ਪਾਤਲਾਂ ਸ਼ਹਿਰ ਦੇ ਵਿੱਚ ਜੀ, ਪਾਤਲਾਂ ਧਾਮ ਦੇ ਵਿੱਚ ਜਦੋਂ ਕਦੇ ਵੀ ਸਮਾਂ ਲੱਗਿਆ ਤਾਂ ਇਸ ਮੰਦਰ ਦੇ ਦਰਸ਼ਨ ਕਰਨ ਜ਼ਰੂਰ ਆਇਓ ਜੀ। ਹੁਣ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਜੀ ਦੇ ਜੀ। ਆਓ ਹੁਣ ਆਪਾਂ ਅੱਗੇ ਚੱਲੀਏ। ਅੱਗੇ ਜਿਹੜੇ ਆਪਾਂ ਗਰੁੜ ਵੀ ਦੇਖ ਰਹੇ ਹਾਂ, ਇਹਨਾਂ ਦੀ ਸਾਰਾ ਸਟਰਕਚਰ ਇਹਨਾਂ ਈਵਨ ਚੁੰਝ ਸਾਰੀ ਇੱਟ ਦੇ ਨਾਲ ਹੀ ਤਿਆਰ ਕੀਤੀ ਗਈ ਹੈ। ਆਪਾਂ ਦੇਖ ਸਕਦੇ ਹਾਂ ਜੀ ਇਹਨਾਂ ਦੀ ਸਾਰੀ ਚੁੰਝ, ਸਾਰਾ ਸਟਰਕਚਰ ਸਾਰਾ ਇੱਟ ਦੇ ਨਾਲ ਬਣਿਆ ਹੋਇਆ, ਕੋਈ ਸੀਮੈਂਟ ਕੋਈ ਮਾਰਬਲ ਦੀ ਵਰਤੋਂ ਨਹੀਂ ਹੋਈ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਮਾਤਾ ਸ਼ੇਰਾਂ ਵਾਲੀ ਜੀ ਦੇ। ਹੁਣ ਆਪਾਂ ਦਰਸ਼ਨ ਕਰਾਂਗੇ ਜੀ ਸ਼੍ਰੀ ਖਾਟੂ ਸ਼ਾਮ ਜੀ ਦੇ। ਆਓ ਜੀ ਹੁਣ ਆਪਾਂ ਚੱਲਦੇ ਹਾਂ ਅੱਗੇ। ਇੱਥੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਹੈ ਜੋ ਕਿ ਨਰਮਦਾ ਤੋਂ ਲਿਆਂਦਾ ਗਿਆ। ਵੈਸੇ ਸ਼ਿਵਲਿੰਗ ਬਣਾਏ ਜਾਂਦੇ ਨੇ ਪਰ ਨਰਮਦਾ ਨਦੀ ਦੇ ਵਿੱਚ ਜਿਹੜੇ ਸ਼ਿਵਲਿੰਗ ਹੁੰਦੇ ਨੇ ਸਾਰੇ ਨੈਚੁਰਲੀ ਨਿਕਲਦੇ ਨੇ। ਇਹ ਉੱਥੋਂ ਹੀ ਸ਼ਿਵਲਿੰਗ ਲਿਆਇਆ ਗਿਆ ਜੀ। ਸਾਹਮਣੇ ਆਪਾਂ ਸ਼ਿਵ ਅਤੇ ਪਾਰਵਤੀ ਜੀ ਦੇ ਦਰਸ਼ਨ ਕਰ ਸਕਦੇ ਹਾਂ।
ਜਿਹੜੇ ਨਾ ਬੰਦੇ ਵਿਕਲਾਂਗ ਨੇ ਜੀ, ਜਿਨ੍ਹਾਂ ਤੋਂ ਪੌੜੀਆਂ ਨਹੀਂ ਚੜ੍ਹੀਆਂ ਜਾਂਦੀਆਂ, ਜਾਂ ਬਜ਼ੁਰਗ ਆਦਮੀ ਨੇ, ਉਹਨਾਂ ਵਾਸਤੇ ਇੱਥੇ ਲਿਫਟ ਦਾ ਪ੍ਰਬੰਧ ਵੀ ਕੀਤਾ ਹੋਇਆ ਆ। ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ, ਲਿਫਟ ਰਾਹੀਂ ਉਹ ਇਸ ਮੰਦਰ ਦੇ ਦਰਸ਼ਨ ਕਰ ਸਕਦੇ ਨੇ ਜੀ। ਇਹ ਲਿਫਟ ਲੱਗੀ ਹੋਈ ਹੈ ਜੀ, ਇਸ ਸਾਈਡ ਬਣੀਆਂ ਹੋਈਆਂ ਨੇ ਜੀ। ਮੰਦਿਰ ਦੇ ਉੱਪਰ ਜਾਣ ਲਈ ਪੌੜੀਆਂ, ਇਸ ਸਾਈਡ ਤੁਸੀਂ ਝੰਡੇ ਦੇਖ ਸਕਦੇ ਹੋ। ਮੰਦਿਰ ਦੇ ਉੱਪਰ ਕਮਲ ਦਾ ਫੁੱਲ ਬਣਾਇਆ ਗਿਆ ਜੋ ਕਿ ਬਹੁਤ ਹੀ ਵਿਸ਼ੇਸ਼ ਹੈ। ਕੀ ਉਹਦੀ ਵਿਸ਼ੇਸ਼ਤਾ ਹੈ ਉਹਨੂੰ ਆਪਾਂ ਜਾਣਦੇ ਹਾਂ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਤੁਸੀਂ ਦੇਖ ਸਕਦੇ ਹੋ ਬਹੁਤ ਉੱਚਾ ਇਹ ਮੰਦਿਰ ਬਣਿਆ ਹੋਇਆ। ਸਾਹਮਣੇ ਆਪਾਂ GT ਰੋਡ ਦੇਖ ਸਕਦੇ ਹਾਂ ਜਿੱਥੋਂ ਆਪਾਂ ਇਸ ਮੰਦਿਰ ਵਿੱਚ ਆ ਸਕਦੇ ਹਾਂ ਜੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਉੱਪਰ। ਜਿਹੜੀ ਨਾ ਤੁਸੀਂ ਆ ਚੁੰਝ ਦੇਖ ਸਕਦੇ ਹੋ, ਆਪਾਂ ਚੁੰਝ ਦੇਖ ਰਹੇ ਹਾਂ, ਚੁੰਝ ਆ ਜਾਂ ਚੀਜ਼ ਬਣੀ ਹੋਈ ਆ, ਜਾਂ ਪੂਰਾ ਸਟਰਕਚਰ ਬਣਿਆ ਹੋਇਆ ਆ, ਜਾਂ ਮੰਦਿਰ ਦਾ ਪੂਰਾ ਢਾਂਚਾ ਆ, ਇਹ ਸਾਰਾ ਇੱਟ ਨਾਲ ਤਿਆਰ ਕੀਤਾ ਗਿਆ ਆ। ਕੋਈ ਵੀ ਸਮਿੰਟ ਦੀ ਇਸ ਦੇ ਵਿੱਚ ਵਰਤੋਂ ਨਹੀਂ ਕੀਤੀ ਗਈ, ਜਾਂ ਬਜਰੀ ਦੀ ਵੀ ਉਹਦੇ ਨਾਲ ਸਮਿੰਟ ਬਜਰੀ ਨਾਲ ਬਣਾ ਦਿੱਤਾ ਗਿਆ ਹੋਵੇ, ਯਾਨੀ ਇੱਟਾਂ ਨੂੰ ਤਰਾਸ਼ ਕੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਨੇ ਜੀ। ਹੁਣ ਮੰਦਿਰ ਦੇ ਆਪਾਂ ਉੱਪਰ ਹਾਂ ਜੀ, ਅਤੇ ਜਿਹੜਾ ਆਪਾਂ ਸਾਹਮਣੇ ਕਮਲ ਦਾ ਫੁੱਲ ਦੇਖ ਰਹੇ ਹਾਂ, ਇਹ ਵੀ ਸਾਰਾ ਇੱਟ ਤੋਂ ਹੀ ਨਿਰਮਿਤ ਹੈ। ਇਸ ਮੰਦਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੀਮੈਂਟ ਮਾਰਬਲ ਦੀ ਯੂਜ਼ ਨਹੀਂ ਹੋਇਆ। ਜਿਹੜਾ ਆਪਾਂ ਸਾਰਾ ਕਮਲ ਦਾ ਫੁੱਲ ਵੀ ਦੇਖ ਰਹੇ ਹਾਂ, ਇਹਨੂੰ ਬਣਾਉਣ ਲਈ ਕੋਈ ਢਾਂਚਾ ਯੂਜ਼ ਨਹੀਂ ਹੋਇਆ, ਸਾਰਾ ਇੱਟਾਂ ਦੇ ਨਾਲ ਹੀ ਇਹ ਕਮਲ ਦਾ ਫੁੱਲ ਬਣਾਇਆ ਗਿਆ। ਜਿਹੜਾ ਇਹ ਮੰਦਿਰ ਆ ਜੀ, ਇਹ ਕਿੰਨੇ ਸਾਲ ਦੇ ਵਿੱਚ ਤਿਆਰ ਹੋਇਆ ਆ, ਅਤੇ ਕਿਹਨਾਂ ਨੇ ਇਹਨੂੰ ਤਿਆਰ ਕੀਤਾ ਆ, ਅਤੇ ਕਿਹਨਾਂ ਨੇ ਇਹਦਾ ਨਕਸ਼ਾ ਬਣਾਇਆ ਆ, ਉਹ ਸਾਰੀ ਗੱਲ ਜਿਹੜੇ ਉਰੇ ਦੇ ਪ੍ਰਬੰਧਕ ਨੇ ਜੀ, ਇੱਥੇ ਸੇਵਾ ਨਿਭਾਉਂਦੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਇਸ ਬਾਰੇ ਜਾਣਦੇ ਹਾਂ ਜੀ। ਕੀ ਜੈ ਤੀਨ ਬਾਨਧਾਰੀ ਕੀ ਜੈ ਅਲੇਵੰਤੀ ਕੇ ਲਾਲ ਕੀ ਜੈ ਕਲਯੁਗ ਕੇ ਅਵਤਾਰ ਕੀ ਜੈ ਸ਼ਾਮ ਧਣੀ ਸਰਕਾਰ ਕੀ ਜੈ ਬੋਲੀਏ ਪਾਤੜਾਂ ਧਾਮ ਕੀ ਜੈ। ਇਹ ਜਿਹੜਾ ਪਾਤੜਾਂ ਨੂੰ ਪਾਤੜਾਂ ਧਾਮ ਦਾ ਨਾਂ ਬਾਬਾ ਸ਼ਾਮ ਦੀ ਕਿਰਪਾ ਨਾਲ ਹੀ ਮਿਲਿਆ ਹੈ। ਉਸ ਤੋਂ ਪਹਿਲਾਂ ਪਾਤੜਾਂ ਸ਼ਹਿਰ ਹੀ ਸੀ, ਪਰ ਹੁਣ ਇਹ ਦੁਨੀਆਂ ਦੇ ਕੋਨੇ ਕੋਨੇ 'ਤੇ ਸ਼ਾਮ ਬਾਬੇ ਦੀ ਕਿਰਪਾ ਨਾਲ ਪਾਤੜਾਂ ਧਾਮ ਦੇ ਨਾਂ ਨਾਲ ਜਾਣੇ ਜਾਣ ਲੱਗੇ। ਅੱਜ ਤੋਂ 7 ਸਾਲ ਪਹਿਲਾਂ ਪਾਤੜਾਂ ਧਾਮ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ, ਜਿਹਦੀ ਆਧਾਰਸ਼ਿਲਾ ਸੰਤ ਬਾਬਾ ਨਰਾਇਣਪੁਰੀ ਜੀ ਮਹਾਰਾਜ ਵੱਲੋਂ ਰੱਖੀ ਗਈ ਔਰ ਸਾਡੇ ਆਦਰਣੀਏ ਸ਼੍ਰੀ ਰਾਜ ਕੁਮਾਰ ਜੀ ਪ੍ਰਧਾਨ ਸਿੰਗਲਾ ਜੀ ਅਤੇ ਉਹਨਾਂ ਦੀ ਸਾਰੀ ਟੋਟਲ ਕਮੇਟੀ, ਜਿਹਦੇ ਵਿੱਚ ਇਹ ਨਿਮਾਣਾ ਜਾਂ ਸੇਵਾਦਾਰ ਵੀ ਉਸ ਕਮੇਟੀ ਦੇ ਵਿੱਚ ਸ਼ਾਮਿਲ ਹੈ, ਸਾਰੀ ਰੂਪ ਰੇਖਾ ਸ਼ਹਿਰ ਦੇ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ 700 ਗਜ਼ ਤੋਂ ਸ਼ੁਰੂ ਹੋ ਕੇ ਅੱਜ 7,000 ਗਜ਼ ਦੇ ਕਰੀਬ ਜਗ੍ਹਾ ਇਸ ਧਾਮ ਦੇ ਕੋਲ ਹੈ, ਜਿਹਦੇ ਵਿੱਚ ਲੰਗਰ ਹਾਲ, ਸ਼ੈੱਡ, ਰੋਟੀ ਵਾਲੀ ਮਸ਼ੀਨ ਤੋਂ ਲੈ ਕੇ ਸਾਰੇ ਪ੍ਰਬੰਧ ਨੇ। ਦੂਰੋਂ ਦੂਰੋਂ ਇੱਥੇ ਸੰਗਤ ਜਿਹੜੀ ਹੈ ਬਾਬਾ ਜੀ ਦੇ ਦਰਸ਼ਨਾਂ ਲਈ, ਆਸ਼ੀਰਵਾਦ ਲੈਣ ਲਈ ਆਉਂਦੀ ਹੈ। ਊਨਾ ਹੈ, ਚਾਹੇ ਹਿਮਾਚਲ ਹੈ, ਚਾਹੇ ਕਲਕੱਤਾ, ਜੋ ਤੁਸੀਂ ਆਹ ਮੇਰੇ ਪਿੱਛੇ ਨਿਸ਼ਾਨ ਦੇਖ ਰਹੇ ਹੋ, ਇਹ ਇੱਕ ਕਲਕੱਤੇ ਦੇ ਸ਼ਾਹੂਕਾਰ ਵੱਲੋਂ ਅਰਪਿਤ ਕੀਤਾ ਗਿਆ ਹੈ। ਟੋਟਲ ਦਰਬਾਰ ਦੇ ਵਿੱਚ ਚਾਂਦੀ ਦੇ ਜਿੰਨੇ ਗੇਟ ਨੇ, ਚੁਗਾਠਾਂ ਨੇ, ਇਹ ਸਾਰੇ ਹੀ ਦਾਨੀ ਸੱਜਣਾਂ ਵੱਲੋਂ ਲਗਾਏ ਗਏ ਨੇ। ਟੋਟਲ ਦਰਬਾਰ ਦੇ ਵਿੱਚ ਜਿਹੜੀ ਹੈ
ਮਹਿਮਾ ਇੰਨੀ ਕੁ ਹੈ ਕਿ ਇੱਕ ਸਾਲ ਪਹਿਲਾਂ 5 ਫਰਵਰੀ ਵਾਲੇ ਦਿਨ ਬਾਬਾ ਜੀ ਦੀ ਇੱਥੇ ਪ੍ਰਾਣ ਪ੍ਰਤਿਸ਼ਠਾ ਹੋਈ। ਬਾਕੀ ਰਾਧਾ ਕ੍ਰਿਸ਼ਨ ਜੀ, ਮਾਂ ਸ਼ੇਰਾਂ ਵਾਲੀ, ਸ਼ਿਵਜੀ ਭਗਵਾਨ ਜੀ, ਸਾਲਾਸਰ ਦਰਬਾਰ, ਮਹਿੰਦੀਪੁਰ ਦੇ ਬਾਲਾ ਜੀ, ਸਾਰੇ ਹੀ ਦਰਬਾਰ ਇੱਥੇ, ਸਾਰੇ ਹੀ ਦੇਵਤਾ ਵਿਰਾਜਮਾਨ ਹੋਏ। ਇੱਕ ਸਾਲ ਦੇ ਅੰਦਰ ਅੰਦਰ ਇੰਨੀਆਂ ਕੁ ਮਨੋਕਾਮਨਾ ਪੂਰੀਆਂ ਹੋ ਚੁੱਕੀਆਂ ਨੇ ਕਿ ਉਹਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਤਿਆਰ ਕਿਹਨਾਂ ਨੇ ਕੀਤਾ ਸੀ? ਇਹ ਸਾਡੇ ਇੱਕ ਇਹਦੀ ਤਿਆਰ ਹੋਣ ਦੀ ਜਿਹੜੀ ਉਹ ਹੈ, ਆਧਾਰਸ਼ਿਲਾ ਰੱਖਣ ਤੋਂ ਬਾਅਦ ਸਾਨੂੰ ਬਹੁਤ ਹੀ ਇਸ ਗੱਲ ਦੀ ਉਹ ਹੋਈ ਕਿ ਦਰਬਾਰ ਬਣੇ ਤਾਂ ਕਿਹੋ ਜਿਹਾ ਬਣੇ। ਅਸੀਂ ਕੁਰਕਸ਼ੇਤਰ ਜਿੱਥੇ ਕਿ ਰਣਭੂਮੀ ਹੋਈ, ਜਿੱਥੇ ਮੇਨ ਬਾਬਾ ਜੀ ਦੇ ਕਰਤੱਵ ਦੇਖੇ ਗਏ, ਉੱਥੇ ਵੀ ਗਏ ਅਸੀਂ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਇੱਕ ਚੁੜੀਆ ਮੱਲ ਜੀ ਦੇ ਨਾਂ ਨਾਲ ਜਾਣੇ ਜਾਂਦੇ ਮਿਸਤਰੀ ਨੇ, ਦੇਬਣ ਪਿੰਡ ਹੈ ਕੈਥਲ ਡਿਸਟ੍ਰਿਕਟ ਦੇ ਵਿੱਚ, ਉੱਥੋਂ ਦੇ ਉਹ ਬਜ਼ੁਰਗ ਨੇ, ਅਨਪੜ੍ਹ ਨੇ ਉਹ। ਉਹਨਾਂ ਨੇ ਸਾਰਾ ਜਿਹੜਾ ਤਿਆਰ ਕੀਤਾ ਇਹਦਾ ਕੋਈ ਪਹਿਲਾਂ ਉਹਨਾਂ ਨੇ ਸਾਨੂੰ ਸਕੈਚ ਨਹੀਂ ਬਣਾ ਕੇ ਦਿੱਤਾ, ਨਾ ਹੀ ਕੋਈ ਇਹਦਾ ਮਾਡਲ ਤਿਆਰ ਕੀਤਾ। ਇਹ ਸਾਰਾ ਟੋਟਲ ਉਹਨਾਂ ਦੀ ਦਿਮਾਗ ਦੀ ਜਿਹੜੀ ਹੈ ਸ਼ਕਤੀ ਹੈ, ਜਾਂ ਉਹਨਾਂ ਨੂੰ ਕਹੋ ਵੀ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ। ਉਹ ਨਿਰਸੇਵਕ ਆਪਣੀ ਮਿਸਤਰੀਆਂ ਵਾਲੀ ਦਿਹਾੜੀ ਲੈ ਕੇ ਹੀ ਇੱਟਾਂ ਦੀ ਕਢਾਈ ਨਾਲ ਇਹ ਟੋਟਲ ਮੰਦਰ ਨਿਊ ਤੋਂ ਲੈ ਕੇ ਸਿਖਰ ਤੱਕ ਇੱਟ ਦੀ ਕਢਾਈ ਨਾਲ ਬਣਿਆ ਹੋਇਆ। 7 ਸਾਲ ਇਹਨੂੰ ਲੱਗ ਗਏ ਜੀ ਤਿਆਰ ਹੋਣ 'ਤੇ ਅੱਜ 1 ਸਾਲ ਪੂਰਾ ਹੋ ਚੁੱਕਿਆ। ਬਾਬਾ ਜੀ ਦਾ ਫਾਲਗੁਨ ਪਹਿਲਾ ਮੇਲਾ ਇਹ, ਬਾਬਾ ਜੀ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲਾ ਮੇਲਾ ਆ ਰਿਹਾ ਜਿਹੜਾ ਕਿ ਹੁਣ ਅੱਜ ਤੋਂ ਸ਼ੁਰੂ ਹੋ ਚੁੱਕਿਆ ਅਤੇ 22 ਫਰਵਰੀ ਤੱਕ ਰਹਿਣਾ। ਜਿਹੜੀ ਅਸੀਂ ਭਾਗਾਂ ਵਾਲੇ ਹਾਂ, ਤੁਸੀਂ ਕਰਮ ਵਾਲੇ ਹੋ, ਜਿਹੜੇ ਤੁਸੀਂ ਇੱਥੇ ਆਏ ਹੋ, ਜਿਹੜੇ ਕਿ ਬਾਬੇ ਦੇ ਮੇਲੇ ਦੇ ਟਾਈਮ ਆਏ ਹੋ, ਅੱਜ ਜੇ ਤੁਸੀਂ ਹੁਣ ਇਸ ਟਾਈਮ ਖਾਟੂ ਜੀ ਜਾ ਕੇ ਦੇਖੋਗੇ ਤਾਂ ਤੁਹਾਨੂੰ ਜਿੱਥੇ ਤੱਕ ਵੀ ਦਿਖੂਗਾ ਭਗਵਾਂ ਬਾਬਾ ਦੇ ਨਿਸ਼ਾਨ ਹੀ ਦਿਖਦੇ ਆ। ਇੱਥੇ ਵੀ ਤੁਸੀਂ ਜੇ ਅਗਰ 20 ਤਾਰੀਖ ਨੂੰ ਆਓ ਤਾਂ 20 ਤਾਰੀਖ ਨੂੰ ਤੁਹਾਨੂੰ ਇਹ ਸਾਰਾ ਸ਼ਹਿਰ ਬਾਬਾ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਮਿਲੇਗਾ, ਕਿਉਂਕਿ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਇੱਥੋਂ 7 ਪਿੰਡਾਂ ਦੀਆਂ ਨਿਸ਼ਾਨ ਯਾਤਰਾਵਾਂ ਆਉਣੀਆਂ ਨੇ। ਦੇਦਣਾ, ਕਲਵਾਣੂ, ਘੱਗਾ, ਬ੍ਰਾਹਮਣ ਮਾਜਰਾ, 7 ਪਿੰਡ ਇੱਧਰੋਂ ਆਉਣੇ ਨੇ, 7 ਇੱਧਰੋਂ ਸਤਰਾਣਾ, ਗੁਲਾੜ, ਮੌਲਵੀ ਵਾਲਾ, ਜੋਗੇ ਵਾਲਾ, ਨਾਈ ਵਾਲਾ, 7 ਪਿੰਡਾਂ ਦੀ ਨਿਸ਼ਾਨ ਯਾਤਰਾ ਜਿਹੜੀ ਕਿ ਖਨੌਰੀ ਸ਼ਹਿਰ ਤੋਂ ਸ਼ੁਰੂ ਹੋਣੀ ਹੈ, ਢੋਲ ਢਮੱਕੇ ਅਤੇ ਪੂਰੇ ਬਾਬਾ ਜੀ ਦੇ ਹੋਲੀ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੋਣਾ। ਤੁਸੀਂ ਜੇ ਹੋ ਸਕੇ ਤਾਂ 7-20 ਤਰੀਕ ਨੂੰ ਜ਼ਰੂਰ ਆਇਓ, ਇੰਨੇ ਕਹਿੰਦੇ ਹੋਏ ਅਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੁੰਦੇ ਹਾਂ? ਅਸੀਂ ਸਿਰਫ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹਦਾ ਕਿਤੇ ਵੀ ਕੋਈ ਕੰਮ ਨਹੀਂ ਬਣਦਾ ਤਾਂ ਆਹ 3 ਬਾਣਧਾਰੀ ਦੇ ਚਰਨਾਂ 'ਚ ਆ ਕੇ ਇੱਕ ਵਾਰੀ ਆਪਣੀ ਅਰਜ਼ੀ ਲਗਾਓ ਅਤੇ ਫਿਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ, ਤੁਸੀਂ ਆਪਣੇ ਆਪ ਹੀ ਚਲੇ ਆਇਆ ਕਰੋਗੇ। ਗੁਰੂ ਸ਼੍ਰੀ ਸ਼ਾਮ ਪਿਆਰੇ ਕੀ ਜੈ, ਲੱਖ ਦਾ ਤਾਰ ਕੀ ਜੈ। ਮੰਦਿਰ ਦੇ ਆਪਾਂ ਉੱਪਰੋਂ ਦੇਖ ਲਿਆ ਜੀ, ਆਓ ਹੁਣ ਆਪਾਂ ਚੱਲਦੇ ਹਾਂ, ਆਪਾਂ ਦਰਸ਼ਨ ਕਰ ਲਏ ਨੇ ਸ਼੍ਰੀ ਖਾਟੂ ਸ਼ਾਮ ਜੀ ਦੇ ਇਸ ਮੰਦਿਰ 'ਤੇ, ਜੋ ਕਿ ਪਾਤੜਾ ਧਾਮ ਵਿੱਚ ਬਣਿਆ ਹੋਇਆ। ਆਓ ਹੁਣ ਚੱਲਦੇ ਹਾਂ ਜੀ ਆਪਾਂ ਥੱਲੇ ਜੂ ਜੀ। ਜਿਹੜੀ ਆਪਾਂ ਇਹ ਹਾਥੀ ਦੀ ਸੁੰਡ ਦੇਖੀ ਆ ਜੀ, ਜਾਂ ਇਹ ਮੂਰਤੀ ਬਣੀ ਹੋਈ ਆ, ਇਹ ਪ੍ਰਤਿਮਾ ਬਣੀ ਹੋਈ ਆ, ਇਹ ਪੈਰ ਬਣੇ ਹੋਏ ਨੇ, ਜਾਂ ਇਹ ਸ਼ਸਤਰ ਬਣਿਆ ਹੋਇਆ ਆ, ਇਹ ਸਾਰਾ ਇੱਟ ਤੋਂ ਤਿਆਰ ਕੀਤਾ ਗਿਆ ਆ। ਜਿਹੜੀ ਇਹ ਨਹੀਂ ਹੈਗਾ ਵੀ ਸਮਿੰਟ ਨਾਲ ਇਸ ਚੀਜ਼ ਨੂੰ ਬਣਾ ਦਿੱਤਾ ਗਿਆ ਆ ਜਾਂ ਬਜਰੀ ਨਾਲ, ਜਿਹੜੀ ਇੱਟ ਨੂੰ ਤਰਾਸ਼ ਕੇ ਜਿੰਨਾ ਕੁਛ ਵੀ ਇਸ ਮੰਦਰ ਦੇ ਵਿੱਚ ਬਣਾਇਆ ਹੋਇਆ ਆ ਜੀ, ਸਾਰਾ ਇੱਟਾਂ ਨੂੰ ਤਰਾਸ਼ ਕੇ ਇਹ ਬਣਾਇਆ ਗਿਆ ਆ। ਜਿਹੜੀ ਆਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ, ਇਹ ਵੀ ਇੱਟਾਂ ਨੂੰ ਤਰਾਸ਼ ਕੇ ਜੀ ਇਹ ਚੀਜ਼ਾਂ ਬਣਾਈਆਂ ਗਈਆਂ ਨੇ ਜੀ। ਇਸ ਮੰਦਰ ਨੂੰ ਬਣਾਉਣ ਲਈ ਤੁਸੀਂ ਜਿਹੜੇ ਪ੍ਰਬੰਧਕ ਨੇ ਉਹਨਾਂ ਤੋਂ ਵੀ ਸੁਣਿਆ ਆ ਵੀ ਤਕਰੀਬਨ 8 ਸਾਲ ਦਾ ਸਮਾਂ ਲੱਗਿਆ ਆ,
ਜਾਣੀ ਕੋਈ ਵੀ ਇੰਜੀਨੀਅਰ ਤੋਂ ਨਕਸ਼ਾ ਨਹੀਂ ਬਣਾਇਆ ਗਿਆ ਜੀ। ਜਿਹੜੇ ਇਸ ਮੰਦਰ ਨੂੰ ਬਣਾ ਰਹੇ ਸੀ ਮਿਸਤਰੀ ਜੀ, ਉਹਨਾਂ ਨੇ ਆਪਣੇ ਮਾਇੰਡ ਨਾਲ, ਜਾਂ ਤੁਸੀਂ ਸਮਝ ਲਓ ਵੀ ਭਗਵਾਨ ਨੇ ਉਹਨਾਂ ਨੂੰ ਦ੍ਰਿਸ਼ਟੀ ਕੀਤੀ, ਉਹਨਾਂ ਨੇ ਉਸ ਹਿਸਾਬ ਨਾਲ ਇਸ ਮੰਦਰ ਨੂੰ ਬਣਾਇਆ ਆ ਜੀ। ਬਹੁਤ ਸੋਹਣਾ ਇਹ ਮੰਦਰ ਬਣਿਆ ਹੋਇਆ ਹੈ ਜੀ। ਇਸ ਮੰਦਰ ਦੇ ਵਿੱਚ ਆਪਾਂ ਇਸ ਸ਼ੇਰ ਦੀ ਪ੍ਰਤਿਮਾ ਨੂੰ ਵੀ ਦੇਖ ਸਕਦੇ ਹਾਂ, ਜੋ ਕਿ ਬਹੁਤ ਹੀ ਧਿਆਨ ਨਾਲ ਬਣਾਈ ਗਈ ਸੀ ਅਤੇ ਬਹੁਤ ਹੀ ਕਲਾ ਲੱਗੀ ਸੀ ਇਸ ਨੂੰ ਬਣਾਉਣ ਤੇ, ਕਿਉਂਕਿ ਇੱਟਾਂ ਨਾਲ ਕੋਈ ਪ੍ਰਤਿਮਾ ਤਿਆਰ ਕਰਨਾ ਸੌਖੀ ਗੱਲ ਨਹੀਂ ਹੁੰਦੀ। ਜਿਹੜੀ ਤੁਸੀਂ ਇਸ ਮੰਦਰ ਦੇ ਵਿੱਚ ਪ੍ਰਤਿਮਾ ਦੇਖੋਗੇ ਜਾਂ ਸਟਰਕਚਰ ਦੇਖੋਗੇ, ਸਾਰਾ ਪੱਥਰ ਦੇ ਨਾਲ ਹੀ ਬਣਾਇਆ ਗਿਆ, ਇੱਟਾਂ ਯੂਜ ਕੀਤੀਆਂ ਗਈਆਂ ਨੇ। ਤੁਸੀਂ ਸਾਰੇ ਮੰਦਰ ਦੀ ਸਟਰਕਚਰ ਦੇਖ ਸਕਦੇ ਹੋ, ਬਨਾਵਟ ਦੇਖ ਸਕਦੇ ਹੋ, ਬਹੁਤ ਸੋਹਣੀ ਬਣੀ ਹੋਈ ਹੈ ਅਤੇ ਸਾਰੀ ਸਾਰੀ ਇੱਟ ਨਾਲ ਬਣੀ ਹੋਈ ਹੈ। ਬਹੁਤ ਸੋਹਣਾ ਇਹ ਮੰਦਰ ਪਾਤਾਲ ਧਾਮ ਵਿੱਚ ਬਣਿਆ ਹੋਇਆ ਹੈ ਜੀ। ਮੰਦਿਰ ਦੇ ਨੀਚੇ ਜੀ ਹਾਲ ਕਮਰਾ ਬਣਿਆ ਹੋਇਆ, ਆਓ ਉਹਨੂੰ ਆਪਾਂ ਦੇਖਦੇ ਹਾਂ। ਇਸ ਹਾਲ ਕਮਰੇ ਦੇ ਵਿੱਚ ਜੇਕਰ ਤੁਸੀਂ ਇੱਥੇ ਰਹਿਣਾ ਹੋਵੇ ਤਾਂ ਇੱਥੇ ਗੱਦੇ ਵੀ ਮਿਲ ਜਾਂਦੇ ਨੇ ਜੀ। ਇੱਥੇ ਤੁਸੀਂ ਰਹਿ ਸਕਦੇ ਹੋ। ਜੇਕਰ ਤੁਸੀਂ ਖਾਣਾ ਪੀਣਾ ਹੋਵੇ ਤਾਂ ਇੱਥੇ ਲੰਗਰ ਦੀ ਵੀ ਸੁਵਿਧਾ ਹੈ। ਤੁਸੀਂ ਇਸ ਹਾਲ ਕਮਰੇ ਵਿੱਚ ਰਹਿਣਾ ਅਤੇ ਲੰਗਰ ਦੀ ਸੁਵਿਧਾ ਲੈ ਸਕਦੇ ਹੋ ਜੀ। ਬਹੁਤ ਸੋਹਣਾ ਜੀ ਇਹ ਖਾਟੂ ਸ਼ਾਮ ਜੀ ਦਾ ਮੰਦਰ ਬਣਿਆ ਹੋਇਆ ਆ। ਜ਼ਿੰਦਗੀ 'ਚ ਕਦੇ ਮੌਕਾ ਲੱਗਿਆ ਤਾਂ ਪਾਤੜਾ ਸ਼ਹਿਰ ਦੇ ਵਿੱਚ ਜੀ ਇਸ ਖਾਟੂ ਸ਼ਾਮ ਜੀ ਦੇ ਮੰਦਰ ਦੇ ਦਰਸ਼ਨ ਕਰਨ ਜ਼ਰੂਰ ਆਇਓ ਜੀ। ਸਭ ਨੇ ਮਿਲ ਕੇ ਜੀ ਪਾਤੜਾ ਧਾਮ ਵਿੱਚ ਬਣੇ ਇਸ ਖਾਟੂ ਸ਼ਾਮ ਜੀ ਦੇ ਮੰਦਰ ਦੇ ਦਰਸ਼ਨ ਕਰ ਲਏ ਹਨ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਜੇਕਰ ਤੁਹਾਡੇ ਕੋਈ ਕੁਐਸਚਨ ਹੈ ਜਾਂ ਫਿਰ ਜੇਕਰ ਤੁਸੀਂ ਮੰਦਰ ਵਿੱਚ ਘੁੰਮੇ ਹੋ, ਆ ਚੁੱਕੇ ਹੋ ਇਸ ਜਗ੍ਹਾ ਉੱਪਰ, ਤਾਂ ਕਮੈਂਟ ਜ਼ਰੂਰ ਕਰਿਓ ਜੀ। ਹੁਣ ਆਪਾਂ ਮਿਲ ਇਸ ਮੰਦਰ ਦੇ ਵਿੱਚ ਆਏ ਹਾਂ ਤਾਂ ਇੱਕ ਬੱਚਾ ਸਾਨੂੰ ਉਰੇ ਮਿਲਿਆ ਆ ਜਿਹੜਾ ਸਾਡਾ ਚੈਨਲ ਦੇਖਦਾ ਸੀ ਜੀ, ਅਤੇ ਇਹਨੇ ਸਾਨੂੰ ਪਛਾਣ ਲਿਆ। ਕਹਿੰਦਾ ਅੰਕਲ ਜੀ ਤੁਸੀਂ ਯੂਟਿਊਬ ਤੋਂ ਪ੍ਰਿੰਸ ਪੰਜਾਬੀ ਟਰੈਵਲ ਚੈਨਲ ਦਾ ਤੁਹਾਡਾ ਨਾਮ ਆ, ਇਹਨੇ ਸਾਨੂੰ ਪਛਾਣ ਲਿਆ ਜੀ, ਅਤੇ ਇਹ ਬੱਚੇ ਨੂੰ ਫਿਰ ਅਸੀਂ ਨਾਲ ਵੀਡੀਓ 'ਚ ਖੜਾ ਕੀਤਾ ਆ ਜੀ। ਹੁਣ ਆਪਾਂ ਮਿਲਾਂਗੇ ਜੀ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।